ਪੰਜਾਬ ਦੇ ਲੋਕਾਂ ਨੂੰ ਸਿਹਤਮੰਦ ਬਣਾਉਣ ਦੇ ਮਕਸਦ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੀਐਮ ਦੀ ਯੋਗਸ਼ਾਲਾ ਜਨ ਮੁਹਿੰਮ ਬਣ ਗਈ ਹੈ। ਇਸ ਮੁਹਿੰਮ ਤਹਿਤ ਪੰਜਾਬ ਭਰ ਦੇ ਜ਼ਿਲ੍ਹਿਆਂ 'ਚ ਮੁਫ਼ਤ ਯੋਗ ਕਲਾਸਾਂ ਲਗਾਈਆਂ ਜਾ ਰਹੀਆਂ, ਜਿਸ ਦਾ ਲੋਕ ਲਾਭ ਲੈ ਕੇ ਰੋਗਾਂ ਤੋਂ ਦੂਰ ਰਹਿ ਰਹੇ ਨੇ। ਸੂਬੇ ਦੇ 23 ਜ਼ਿਲ੍ਹਿਆਂ 'ਚ ਹੁਣ ਤੱਕ 2900 ਤੋਂ ਵੱਧ ਮੁਫ਼ਤ ਯੋਗ ਕਲਾਸਾਂ ਚਲਾਈਆਂ ਜਾ ਰਹੀਆਂ, ਜਿਸ ਦਾ 80,000 ਤੋਂ ਵੱਧ ਲੋਕ ਲਾਭ ਲੈ ਰਹੇ ਨੇ। ਮੈਨੂੰ ਖੁਦ ਬੀਪੀ ਦੀ ਪ੍ਰੋਬਲਮ ਰਹੀ, ਗੈਸ ਦੀ ਪ੍ਰੋਬਲਮ ਰਹੀ, ਮੈਨੂੰ ਯੋਗਸ਼ਾਲਾ 'ਚ ਆਉਣ ਤੋਂ ਬਾਅਦ, 1 ਸਾਲ ਤੋਂ ਐਕਸਰਸਾਈਜ਼ ਕਰਨ ਤੋਂ ਬਾਅਦ ਯੋਗਸ਼ਾਲਾ ਸੀਐਮ ਸਾਹਿਬ ਦੀ ਯੋਗਸ਼ਾਲਾ ਦੇ ਵਿੱਚ ਆਉਣ ਤੋਂ ਬਾਅਦ ਮੈਨੂੰ ਰੈਗੂਲਰ ਮੇਰੀ ਗੈਸ ਦੀ ਪ੍ਰੋਬਲਮ, ਮੇਰੀ ਬੀਪੀ ਦੀ ਪ੍ਰੋਬਲਮ ਬਿਲਕੁਲ ਸੋਰਟ ਆਊਟ ਹੋ ਚੁੱਕੀ ਹੈ ਜੀ। ਪਹਿਲਾਂ ਮੇਰਾ ਬੀਪੀ 180-100 ਰਹਿੰਦਾ ਸੀ, ਹੁਣ 120-80 ਨੋਰਮਲ ਰਹਿੰਦਾ। ਸੀਐਮ ਯੋਗਸ਼ਾਲਾ ਬਹੁਤ ਵਧੀਆ, ਮੈਨੂੰ ਵੀ 2 ਮਹੀਨੇ ਹੋ ਗਏ ਜੁਆਇਨ ਕੀਤੇ ਅਤੇ ਕਾਫੀ ਫਰਕ ਪਿਆ। ਮੇਰਾ ਵੇਟ ਰਿਡਿਊਸ ਵੀ ਹੋਇਆ, ਇੰਚ ਲੋਸ ਵੀ ਹੋਇਆ, ਬਾਕੀ ਨੀ ਪੇਨ ਹੁੰਦੀ ਸੀ ਉਹ ਥੋੜ੍ਹਾ ਫਰਕ ਪਿਆ। ਲੇਡੀਜ਼ ਦੀ ਵੀ ਕਾਫੀ ਫਲੈਕਸੀਬਿਲਟੀ ਵੱਧਦੀ ਹੈ, ਅੱਛਾ ਲੱਗਦਾ, ਐਕਟਿਵ ਰਹਿੰਦੇ ਆਪਾਂ, ਸਾਰੇ ਦਿਨ ਘਰ ਦਾ ਕੰਮ ਵੀ ਕੀਤਾ ਜਾਂਦਾ ਅਤੇ ਵਧੀਆ ਜੀ ਬਹੁਤ। ਮੈਂ ਤਾਂ ਕਹੂੰਗੀ ਹਰ ਇੱਕ ਨੂੰ ਰਿਕਮੈਂਡ ਕਰਦੀ ਹਾਂ ਵੀ ਸਾਨੂੰ ਕਰਨਾ ਚਾਹੀਦਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਇਸ ਸਮੇਂ ਦੀ ਲੋੜ ਹੈ ਕਿ ਨਾ ਸਿਰਫ ਚੰਗੀ ਸਿਹਤ ਬਣਾਈ ਜਾਵੇ, ਸਗੋਂ ਉਹਨਾਂ ਲੋਕਾਂ ਨੂੰ ਤਣਾਅ ਤੋਂ ਵੀ ਦੂਰ ਕੀਤਾ ਜਾਵੇ ਜਿਨ੍ਹਾਂ ਨੂੰ ਆਪਣੇ ਜੀਵਨ 'ਚ ਹਰ ਰੋਜ਼ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਮੁਫ਼ਤ ਸੀਐਮ ਯੋਗਸ਼ਾਲਾ ਲੋਕਾਂ ਲਈ ਕਾਰਗਰ ਸਾਬਤ ਹੋ ਰਹੀ ਹੈ। ਤੁਸੀਂ ਦੇਖ ਰਹੇ ਹੋ ਡੈਰੀ ਸਟੀਵੀ, ਮੈਂ ਹਾਂ ਸੰਦੀਪ ਸ਼ਰਮਾ। ਸੋ ਜ਼ਿਲ੍ਹਾ ਖੰਨਾ ਪੁਲਿਸ ਵੱਲੋਂ ਅੱਜ ਜਿਹੜਾ 2 ਦਿਨਾਂ ਦਾ ਜਿਹੜਾ ਅੰਤਿਮ ਜਿਹੜਾ ਫੁੱਟਬਾਲ ਦਾ ਮੈਚ ਸੀ, ਬਹੁਤ ਕਾਮਯਾਬੀ ਪੂਰੀ ਮਿਲੀ, ਤਾਂ ਖਾਸ ਕਰਕੇ ਨੌਜਵਾਨਾਂ 'ਚ ਕਾਫੀ ਰੁਝਾਨ ਸੀ। ਕਿਤੇ ਨਾ ਕਿਤੇ ਦੱਸਦੀ ਕਿ ਅੱਜ ਜ਼ਿਲ੍ਹਾ ਖੰਨਾ ਪੁਲਿਸ ਦੇ ਤਮਾਮ ਉਹ ਪੁਲਿਸ ਅਧਿਕਾਰੀ ਇਸ 2 ਦਿਨਾਂ ਦੇ ਫੁੱਟਬਾਲ ਟੀਮ ਲਈ ਮੈਚ ਜਿਹੜਾ ਹੋਇਆ ਸੀ, ਕਿਤੇ ਨਾ ਕਿਤੇ ਅਸੀਂ ਅੱਜ ਨੌਜਵਾਨਾਂ ਨੂੰ ਇੱਕ ਨਵੀਂ ਸੇਧ ਦਿੱਤੀ ਹੈ ਅਤੇ ਗੱਲਬਾਤ ਕਰਦੇ ਹਾਂ ਮੇਰੇ ਨਾਲ ਜਿਹੜਾ ਸਾਰਾ ਸ਼੍ਰੇ ਜਿਹਦਾ ਪੁਲਿਸ ਦੇ ਤਮਾਮ ਉਹਨਾਂ ਅਧਿਕਾਰੀਆਂ ਦੇ ਨਾਲ ਨਾਲ SSP ਮੈਡਮ ਅਮਨੀਤ ਕੌਰ ਨੂੰ ਜਾਂਦਾ ਹੈ। ਮੈਡਮ, ਕਿਸ ਤਰ੍ਹਾਂ ਬਹੁਤ ਵੱਡੀ ਕਾਮਯਾਬੀ ਹੈ, ਨੌਜਵਾਨ ਕਾਫੀ ਉਤਸ਼ਾਹ ਦੇਖਿਆ ਜਾਂਦਾ, ਤਾਂ ਕਿਸ ਤਰ੍ਹਾਂ ਦੇ ਦਿਓ ਇੱਦਾਂ ਦੇ ਫੁੱਟਬਾਲ ਮੈਚ ਜਾਂ ਹੋ ਗੇਮਾਂ ਲਗਾਤਾਰ ਹੋਊਗੀਆਂ ਤੁਹਾਡੇ ਵੱਲੋਂ? ਜੀ, ਹੁਣੇ ਹੀ ਸਾਡਾ ਜਿਹੜਾ 2 ਦਿਨਾਂ ਦਾ ਫੁੱਟਬਾਲ ਟੂਰਨਾਮੈਂਟ ਸੀ ਉਹ ਵਧੀਆ ਕੰਕਲੂਡ ਹੋਇਆ। ਇੱਥੇ ਖੰਨਾ ਦੀ ਜਿਹੜੀ ਫੁੱਟਬਾਲ ਦੀ ਟੀਮ ਸੀਗੀ ਉਹ ਫਸਟ ਆਈ, ਔਰ ਸੈਕਿੰਡ ਰਨਰ ਅਪ ਮਾਛੀਵਾੜਾ ਦੀ ਟੀਮ ਹੈ। ਉਸ ਦੇ ਨਾਲ ਹੀ ਬੈਸਟ ਜਿਹੜਾ ਪਲੇਅਰ ਸੀਗਾ ਉਹਨਾਂ ਨੂੰ ਵੀ ਅਵਾਰਡ ਦਿੱਤਾ ਗਿਆ, ਔਰ ਸਾਰੇ ਪਾਰਟੀਸੀਪੈਂਟਸ ਨੂੰ ਅਸੀਂ ਪਾਰਟੀਸੀਪੇਸ਼ਨ ਸਰਟੀਫਿਕੇਟਸ ਦਿੱਤੇ, ਔਰ ਫਸਟ, ਸੈਕਿੰਡ, ਥਰਡ, ਫੋਰਥ ਟੀਮਸ ਨੂੰ ਕੈਸ਼ ਅਵਾਰਡਸ ਵੀ ਦਿੱਤੇ। ਚਲੋ, ਕੈਸ਼ ਅਵਾਰਡਸ ਇਜ਼ ਇਰਰਿਸਪੈਕਟਿਵ, ਬੇਸਿਕ ਤਾਂ ਇਹਨਾਂ ਨੇ ਪਾਰਟੀਸੀਪੇਟ ਕੀਤਾ ਸਾਡੇ ਇਸ ਇਨੀਸ਼ੀਏਟਿਵ 'ਚ, ਦੈਟ ਵਾਸ ਦਾ ਹੋਲ ਪਰਪਸ। ਸੋ ਅਸੀਂ ਖੁਸ਼ ਹੈਗੇ ਕਿ ਜੀ ਜਿਹੜੇ ਲੋਕਲ ਬੱਚੇ ਹੈਗੇ ਉਹਨਾਂ ਨੇ ਸਾਡਾ ਇਸ ਮੁਹਿੰਮ 'ਚ ਸਾਥ ਦਿੱਤਾ, ਔਰ ਅਸੀਂ ਅੱਗੇ ਵੀ ਕੁਛ ਨਾ ਕੁਛ ਇਸ ਤਰ੍ਹਾਂ ਦੇ ਉਪਰਾਲੇ ਨਸ਼ੇ ਦੇ ਵਿਰੋਧ ਕਰਦੇ ਰਹਾਂਗੇ। ਇਹ ਤਮਾਮ ਜਿਹੜਾ ਸ਼੍ਰੇਅ ਕਾਮਯਾਬੀ ਦਾ ਜ਼ਿਲ੍ਹਾ ਖੰਨਾ ਦੇ ਤਮਾਮ ਪੁਲਿਸ ਅਧਿਕਾਰੀ ਜਾਂ ਅੱਜ ਦੀ ਖਾਸ ਕਰਕੇ ਨੌਜਵਾਨ ਪੀੜ੍ਹੀਆਂ ਦਾ ਵੀ ਬੜ ਚੜ੍ਹ ਕੇ ਹਿੱਸਾ ਵੀ ਲਿੱਤਾ, ਔਰ ਤੁਹਾਡੇ ਵੱਲੋਂ ਵੀ ਕਾਫੀ ਜਿਹੜਾ ਉਤਸ਼ਾਹ ਦੇਖਿਆ ਗਿਆ ਜੀ ਇਹਦੇ 'ਚ। ਆਈ ਵੁੱਡ ਸੇ ਕਿ ਜਿਹੜੇ ਬੱਚਿਆਂ ਨੇ ਵਿਲਿੰਗਲੀ ਆ ਕੇ ਸਾਡੇ ਨਾਲ ਪਾਰਟੀਸਿਪੇਟ ਕੀਤਾ, ਅਸੀਂ ਤਾਂ ਉਸਨੂੰ ਹੀ ਸ਼੍ਰੇਅ ਦੇਵਾਂਗੇ। ਬਾਕੀ ਸਾਡੀ ਤਾਂ ਡਿਊਟੀ ਹੀ ਹੈ ਕਿ ਕੁਛ ਨਾ ਕੁਛ ਕਰਦੇ ਰਹੋ, ਬਟ ਯੈਸ, ਡੈਫੀਨੇਟਲੀ ਆਈ ਥੈਂਕ ਮਾਈ ਟੀਮ ਜਿਨ੍ਹਾਂ ਨੇ ਸਪੈਸ਼ਲੀ ਜਿਹੜੀ ਸਮਰਾਲਾ ਦੇ DSP ਇਹਨਾਂ ਦੇ SHOs, ਔਰ ਸਾਡੇ ਇੰਚਾਰਜ ਟ੍ਰੈਫਿਕ ਕੁਲਜੀਤ, ਔਰ ਇਹਨਾਂ ਦੇ ਨਾਲ ਸਾਂਝ ਦੇ ਇੱਕ ਮਿਸਟਰ ਰਾਜੇਸ਼ ਜੋਸ਼ੀ ਹੈ, ਇਹਨਾਂ ਸਾਰਿਆਂ ਨੇ ਬਹੁਤ ਪੇਨਸਟੇਕਿੰਗਲੀ ਇਹ ਬੜੇ ਸ਼ੋਰਟ ਟਾਈਮ 'ਚ ਸਾਰਾ ਪਲਾਨ ਕੀਤਾ, ਅਤੇ ਉਹਨਾਂ ਨੂੰ ਤਾਂ ਮੈਂ ਕ੍ਰੈਡਿਟ ਦੇਵਾਂਗੀ। ਪਰ ਸਭ ਤੋਂ ਜ਼ਿਆਦਾ ਤਾਂ ਸਾਡੇ ਜਿਹੜੇ ਬੱਚਿਆਂ ਨੇ ਪਾਰਟੀਸਿਪੇਟ ਕੀਤਾ ਉਹਨਾਂ ਦਾ ਸ਼੍ਰੇਅ ਹੈ ਕਿ ਉਹਨਾਂ ਨੇ ਸਕਸੈਸਫੁਲ ਕੀਤਾ ਸਾਡਾ ਇਹ ਟੂਰਨਾਮੈਂਟ। ਕੀ ਮੈਸੇਜ ਆ ਅੱਜ ਦੀ ਨੌਜਵਾਨ ਪੀੜ੍ਹੀ, ਖਾਸ ਕਰਕੇ ਨੌਜਵਾਨ ਜਿਹੜੇ ਅੱਜ ਕੱਲ੍ਹ ਹਜੇ ਵੀ ਨਸ਼ੇ ਵੱਲ ਜਾ ਰਹੇ ਆ, ਲੇਕਿਨ ਕੀ ਲਾਸਟ ਮੈਸੇਜ ਕੀ ਆ ਤਾਂ ਕਿ ਉਹ ਇਸ ਦਲਦਲ ਤੋਂ ਬਾਹਰ ਆ? ਲਾਸਟ ਮੈਸੇਜ ਆਈ ਵੁੱਡ ਸੇ, ਜੋ ਮੇਰਾ ਫਸਟ ਮੈਸੇਜ ਸੀਗਾ, ਸੇ ਯੈਸ ਟੂ ਲਾਈਫ ਐਂਡ ਨੋ ਟੂ ਡਰੱਗਸ। ਥੈਂਕ ਯੂ। ਸੋ ਇਹ ਸਨ ਜ਼ਿਲ੍ਹਾ ਖੰਨਾ ਦੇ SSP ਮੈਡਮ ਅਮਨੀਤ ਕੌਰ ਅਤੇ ਤਮਾਮ ਉਹ ਪੁਲਿਸ ਜ਼ਿਲ੍ਹਾ ਖੰਨਾ ਦੇ ਅਧਿਕਾਰੀ ਜਿਨ੍ਹਾਂ ਨੇ ਇਸ 2 ਦਿਨਾਂ ਦੇ ਜਿਹੜੇ ਫੁੱਟਬਾਲ ਟੂਰਨਾਮੈਂਟ ਕਰਾ ਕੇ ਉਹਨਾਂ
ਨੌਜਵਾਨਾਂ ਨੂੰ ਇੱਕ ਬਹੁਤ ਵੱਡਾ ਮੈਸੇਜ ਤਾਂ ਕਿ ਆਪਣੀ ਸੇ ਟੂ ਲਾਈਫ ਨੋ ਟੂ ਡਰੱਗਸ ਦਾ ਇੱਕ ਬਹੁਤ ਵੱਡਾ ਮੈਸੇਜ ਤਾਂ ਇਸ ਨਾਲ ਹੀ ਪੰਜਾਬ ਨੂੰ ਨਸ਼ਾ ਮੁਕਤ ਕਰਾਉਣ ਵਾਸਤੇ ਇੱਕ ਨਵਾਂ ਉਪਰਾਲਾ ਅੱਜ ਸਮਰਾਲ ਦੀ ਧਰਤੀ ਵਿੱਚ ਹੋਇਆ। ਕੈਮਰਾਮੈਨ ਬੋਬੀ ਨਾਲ ਸੰਦੀਪ ਸ਼ਰਮਾ, ਡੈਲੀਫਾਈ ਟੀਵੀ ਸਮਰਾਲਾ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਣੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।